ਗੁਰਸੇਖ ਸਿੰਘ ਹਰਪਾਲਪੁਰ ਵੱਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਸਿੰਘਾਂ ਨੂੰ ਇੱਕ ਹੋਣ ਦੀ ਅਪੀਲ ਕੀਤੀ ਗਈ। ਉਹਨਾਂ ਆਖਿਆ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਪੰਜਾਬ ਦੇ ਹਰਿਆਵਲ ਦਸਤੇ ਦੇ ਰੂਪ ਵਿੱਚ ਕੰਮ ਕਰ ਚੁੱਕੇ ਸਾਰੇ ਹੀ ਵੀਰਾਂ ਨੂੰ ਹੱਥ ਜੋੜ ਕੇ ਅਰਜ਼ ਹੈ ਕਿ ਬਦਲੇ ਹੋਏ ਹਾਲਾਤਾਂ ਵਿੱਚ ਰਾਜਸੀ ਮੰਚ ਤੇ ਪਏ ਹੋਏ ਖਲਾਅ ਅਤੇ ਪੰਥਕ ਹਾਲਾਤਾਂ ਦੇ ਵਿਚਾਰ ਕਰਨ ਲਈ ਇਕੱਠੇ ਹੋ ਕੇ ਬੈਠੀਏ ਅਤੇ ਵਿਚਾਰ ਚਰਚਾ ਕਰਕੇ ਕੋਈ ਨਿਰਣਾਇਕ ਫੈਸਲਾ ਪੰਥ ਦੀ ਭਲਾਈ ਲਈ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈਏ। ਇਸ ਜਥੇਬੰਦੀ ਵਿੱਚ ਸੇਵਾ ਨਿਭਾ ਚੁੱਕੇ ਹਰ ਇੱਕ ਨੂੰ ਬੇਨਤੀ ਹੈ ਕਿ ਮਿਲ ਬੈਠਣ ਲਈ ਦਾਸ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰੋ ਜੀ। ਬਿਊਰੋ ਰਿਪੋਰਟ ਆਵਾਜ਼ੀ ਕਮ ਟੀਵੀ।